हाँ जी सत श्री अकाल जी सारे किसान भरावां नूं। सो लंपी स्किन जिहड़ी कि बीमारी इन्नी क फैली है भी पिंडां दे पिंड खाली हो गए, पर अज तुहानूं इक अजिहे किसान नूं मिलाउणा गा जिने खुद घरे ट्रीटमेंट करके ये बीमारी का हल कढ़िया गा। सो ये गां तुसीं देख सकदे हो इहनूं लंपी स्किन की जिहड़ी बीमारी है है ना बहुत ज़्यादा होई भी है, तो ये मतलब जमा लास्ट स्टेज तो वापस मुड़ी है, तो यदा की ट्रीटमेंट किया किसान ने उदी पूरी जानकारी सूँ वीडियो दे विच देवांगे। सो वीडियो नूं वध तों वध शेयर करो, तो जिहड़े वीर नवे आए ने पेज ते ओह फॉलो कर लियो। ते सब तों पहलां तां ही अपना नाम है जिहड़ा जी ओह दस दिओ। दर्शन सिंह आ जी व्यापारी। दर्शन सिंह जी हां जी। ते जी पिंड जी इह आपणा जमंदा पिंडी है जी। जमंदा पिंडी जिला दोस्तों बरनाला पै। हां जी। ते जी ਇਹ ਬਿਮਾਰੀ ਨੂੰ ਕਿੰਨੇ ਟਾਈਮ ਤੋਂ ਹੋਈ ਹੈ? ਇਹ ਬਿਮਾਰੀ 20 ਦਿਨ ਹੋ ਗਏ ਜੀ ਹੋਈ ਨੂੰ। 20 ਦਿਨ? ਹਾਂ 10 ਦਿਨ 15 ਦਿਨ ਦਾ ਬਹੁਤ ਇਹ ਗੰਭੀਰ ਹਾਲਤ ਦੇ ਵਿੱਚ ਹੀ ਪਈ ਰਹੀ ਹੈ। ਅੱਛਾ ਜੀ। ਤੇ 6 ਮਹੀਨਿਆਂ ਦੀ ਗੱਭਣ ਤੇ ਇਹ ਬੱਚਾ ਵੀ ਇਹਨੇ ਸਿੱਟਿਆ। ਅੱਛਾ ਬੱਚਾ ਸਿੱਟ ਗਿਆ। ਹਾਂ ਹੁਣ ਦੁਬਾਰੇ 6 ਕਿਲੋ ਦੁੱਧ ਕਰ ਗਈ। 6 ਕਿਲੋ ਦੁੱਧ ਹੁਣ ਕਰ ਗਈ। ਦੁਬਾਰੇ 6 ਕਿਲੋ ਕਰ ਗਈ, ਬਿਮਾਰੀ ਲੰਮੀ ਪਈ ਰਹੀ ਹੈ। ਅੱਛਾ ਜੀ। ਸਾਰੀ ਦਵਾਈ ਇਹ ਆਪਦੀ, ਮੈਂ ਆਪਦੇ ਆਪ ਲਾ ਕੇ 2 ਲੀਟਰ ਐਨਐਸ ਜੀ 2 ਬੀਟਾਬਿਟ ਪਾ ਕੇ ਜਦੋਂ ਡੱਗੀ ਪਈ ਖੜੀ ਕਰੀ ਹੈ। ਹਾਂਜੀ। ਤੇ 20 ਐਮਐਲ ਦੇ ਬੀਟਾਰੀਨ ਪਾਈ ਆ ਵਿੱਚ। ਠੀਕ ਹੈ ਜੀ। ਉਹ ਬੋਤਲਾਂ ਲਾਈਆਂ ਨੇ 5 ਲੀਟਰ ਇਹਨੇ ਸਲਾਈ ਦੀ ਪਹਿਲੇ ਦਿਨ ਜਦੋਂ ਖੜੀ ਹੋਈ ਹੈ ਡਿੱਗੀ ਪਈ। ਇਹਦੇ ਬਹੁਤ ਬਹੁਤ ਜ਼ਿਆਦਾ ਐਡੇ ਧੱਫੜ ਸਾਰਾ ਇੱਡਣ ਸੁੱਜਿਆ, ਹਰੇਕ ਬੰਦਾ ਕਹਿੰਦੀ ਮਰੀ ਪਈ ਹੈ। ਅੱਛਾ ਮਰੀ ਪਈ। ਹਾਂ। ਉਦੋਂ ਬਾਅਦ ਫਿਰ ਇੱਕ ਮਾਈ ਫੈਸ ਦੀ ਬੋਤਲ ਦੇ ਵਿੱਚ 2 ਬੀਟਾਬਿਟ ਪਾ ਕੇ ਲਾਏ। ਠੀਕ ਹੈ। ਅੱਠ ਨੂੰ ਇਹਨੇ ਕੱਖ ਚੱਕਣ ਲੱਗ ਗਈ। ਅੱਠ ਨੂੰ ਮਤਲਬ? ਹਾਂ, ਜਿਹੜਾ ਮਾਲ ਇਹ ਲੋਕਾਂ ਦੀਆਂ ਗੱਲਾਂ ਨੇ ਜਾਂ ਭਗਵੰਤ ਮਾਨ ਕਹਿੰਦਾ ਜੀ ਇਹ ਲਾਗ ਦੀ ਬਿਮਾਰੀ ਹੈ, ਇਹ ਫਲਾਨੀ ਬਿਮਾਰੀ ਹੈ ਜੀ, ਢੌਂਕੀ ਸਾਡੇ ਸਾਰੇ ਮਾਲ ਦੇ ਨਾਲ ਲੱਖ ਲੱਖ ਰੁਪਈਏ ਦੀ ਮਹਿੰਦੇ ਨਾਲ ਕੱਖ ਖਾਈ ਜਾਂਦੀ ਹੈ। ਅੱਛਾ ਜੀ। ਕਿਸੇ ਬਿਮਾਰੀ ਇਹਨੂੰ ਡੰਗਰ ਨੂੰ ਇਹ ਲਾਗ ਦੀ ਬਿਮਾਰੀ ਨਹੀਂ ਹੁੰਦੀ। ਇਹ ਲੋਕਾਂ ਦੀਆਂ ਜਿਹੜੀਆਂ ਬਾਤਾਂ ਬਣਾਈਆਂ ਨੇ ਵੀ ਲਾਗ ਦੀ ਬਿਮਾਰੀ ਹੈ ਜੀ, ਸਾਡੀ ਗਾਂ ਦੇ ਨਾਲ ਲੱਖ ਲੱਖ 20 ਸਿਰ ਪੱਕਾ ਗਾਂ ਕਾਣੀ ਗਾਂ ਥੱਲੇ। ਹਾਂਜੀ। ਉਹਦੇ ਨਾਲ ਖੜੀ ਕੱਖ ਖਾਂਦੀ ਹੈ। 15 ਦਿਨ ਹੋ ਗਏ ਕਿਸੇ ਡੰਗਰ ਨੂੰ ਕੋਈ ਲਾਗ ਦੀ ਬਿਮਾਰੀ ਨਹੀਂ। ਲਾਗ ਦੀ ਬਿਮਾਰੀ ਸਾਡੇ ਮਾਲ ਦੀ ਜਿਹੜੀ ਪਸੜ ਗਈ ਤੀ ਜਿਵੇਂ ਬਿਮਾਰ ਹੋਈ, ਅਸੀਂ ਜਿਹੜਾ ਆਪਦਾ ਇਲਾਜ ਕਰਦੇ ਹਾਂ ਉਹਨਾਂ ਗਾਈਆਂ ਸਾਡੀਆਂ ਜਿਹੜੀਆਂ ਟੈਰਾਮਾਈਸਿਨ ਇਹਲੇ ਟੀਕੇ ਲੱਗੇ ਹੋਏ ਨੇ ਮਾਲ ਦੇ। ਅੱਛਾ ਜੀ। ਕੋਈ ਬਿਮਾਰੀ ਨਹੀਂ ਆਉਂਦੀ, ਜਿਹੜਾ ਬਿਮਾਰੀ ਆਉਣ ਤੋਂ ਪਹਿਲਾਂ ਟੈਰਾਮਾਈਸਿਨ ਇਹਲੇ ਹਰੇਕ ਡੰਗਰ ਦੇ ਲਾਓ। ਇਹਦਾ ਕੁਝ ਕਾਰਨ ਪਤਾ ਲੱਗਿਆ ਵੀ ਇਹ ਕਿਉਂ ਹੈ? ਕਾਰਨ ਦਾ ਇਹਦਾ ਕੋਈ ਭੇਤ ਨਹੀਂ ਲੱਗਿਆ ਜੀ, ਕੋਈ ਕੁਝ ਕਹਿ ਦਿੰਦਾ ਕੋਈ ਕੁਝ ਕਹਿ ਦਿੰਦਾ, ਤਾਂ ਇੱਕੇ ਲੱਗਦਾ ਹਵਾ ਵਾਂਗੂ ਆਈ ਆ ਸਾਰੇ ਲੋਕਾਂ ਦੇ ਵਿੱਚ। ਠੀਕ ਹੈ। ਜਿਹੜੀ ਸਾਰੀ ਦੇਖਭਾਲ ਕੀਤੀ ਤੁਸੀਂ ਖੁਦ ਹੀ ਕੀਤੀ ਹੈ ਕਿ ਪਹਿਲਾਂ ਡਾਕਟਰ ਨੂੰ ਵੀ ਦਿਖਾਇਆ ਸੀ? ਨਾ ਜੀ, ਡਾਕਟਰ ਕਿਸੇ ਨੂੰ ਦਿਖਾਇਆ, ਡਾਕਟਰ ਤਾਂ ਮੇਰੇ ਕੋਲੇ ਆਉਂਦਾ ਜੀ ਬਹੁਤ ਜ਼ਿਆਦਾ। ਡਾਕਟਰ ਦੱਸੋ ਵੀ ਇਲਾਜ ਕੀ ਕਰੀਏ ਜਾਂ ਕਰਦੇ ਆਂਗੇ। ਬਹੁਤ ਜ਼ਿਆਦਾ ਔਲੇ ਵਾਲੇ ਵੀ ਮੇਰੇ ਕੋਲ ਘੱਟ ਤੋਂ ਘੱਟ 8 ਪਹਿਰਾਂ ਦੇ ਵਿੱਚ ਟੌਸਣ ਵਾਲੇ 10-10 ਕੇਸ ਨੇ ਮੇਰੇ ਕੋਲ, ਕਿਉਂਕਿ ਜੀ ਇਹਦੀ ਹਾਲਤ ਆ ਜਿਹੜੀ ਬਹੁਤ ਗੰਭੀਰ ਸੀ, ਹੈ ਨਾ? ਹਾਂਜੀ, ਬਹੁਤ ਜ਼ਿਆਦਾ। ਤੇ ਤੁਹਾਡੇ ਕੋਲੇ ਬਕਾਇਦਾ ਕੋਈ ਮਤਲਬ ਪਰਚੀ ਤੇ ਲਿਖਿਆ ਹੋਇਆ ਸਾਰਾ ਟ੍ਰੀਟਮੈਂਟ? ਨਾ ਨਾ ਲਿਖਿਆ ਦੱਸੀ ਜਾਂਦਾ, ਮੂੰਹ ਜ਼ਬਾਨੀ ਲਿਖਣ ਤਾਂ ਜਾਣਦੇ ਨਹੀਂ, ਪੜ੍ਹਨੀ ਚੀਜ਼ ਡੱਬੇ ਪਏ ਨੇ ਆਪਣੇ ਕੋਲ, ਕੁਛ ਨਹੀਂ ਪਿਆ ਜੀ ਡੱਗੇ ਡੱਬੇ ਦਾ। ਮਾੜਾ ਦੁਬਾਰਾ ਰਿਪੀਟ ਕਰੋ ਵੀ ਪਹਿਲਾਂ ਕੀ ਲਾਇਆ ਸੀ ਇਹਦੇ ਵਿੱਚ? ਪਹਿਲਾਂ ਜੀ ਇਹਦੇ ਲਾਈ ਆ ਜਦੋਂ ਜ਼ਿਆਦਾ ਡਿੱਗੀ ਪਈ ਸੀਗੀ, 2 ਲੀਟਰ ਦਿਨਸ, ਹਾਂਜੀ, 2 ਬੀਟਾਬਿਟ ਪਾ ਕੇ ਲਾਏ ਨੇ। ਕਿੰਨੇ ਐਮਐਲ ਉਹ? 5-5 ਐਮਐਲ ਲਾਏ ਨੇ। ਠੀਕ ਹੈ ਜੀ। ਤੇ ਬਾਕੀ ਇਹ 30-30 ਐਮਐਲ ਆਈ ਹੈ, ਜਨਤਾ ਮੈਡੀਸਿਨ ਪਾਈ ਹੈ ਵਿੱਚ। ਠੀਕ ਹੈ ਜੀ। ਜਨਤਾ ਮੈਡੀਸਿਨ ਪਾ ਕੇ ਫਿਰ ਬੀਟਾਰੀਨ ਪਾਈ ਹੈ ਇਹਦੇ। ਕਿੰਨੇ ਕਿੰਨੇ ਫਰਕ ਨਾਲ ਲਾਏ ਨੇ ਜੀ ਇਹ? ਨਾ ਇੱਕੇ ਦਿਨ ਹੀ ਲਾ ਕੇ ਸਿੱਟ ਹੋਈ ਜੀ, ਫਿਰ ਪਤਾ ਲੱਗ ਗਿਆ ਇੱਕ ਦਿਨ ਦੇ ਵਿੱਚ ਮਤਲਬ? ਇੱਕ ਦਿਨ 'ਚ ਹੀ ਲਾਈ, ਉਹ ਡਿੱਗ ਕੇ ਪੈ ਗਈ, ਪੈਰ ਸੁੱਜ ਗਏ, ਕੰਬਾ ਸੁੱਜ ਗਿਆ, ਬੇਆਸ ਹੋ ਗਈ ਵੀ ਮਰੂਗੀ ਜੀ। ਅੱਛਾ ਜੀ। ਤੇ ਅਗਲੇ ਦਿਨ ਫਿਰ ਇਹੀ ਲਾਇਆ? ਹਾਂ, ਅਗਲੇ ਦਿਨ ਫਿਰ 2 ਦੁਬਾਰੀ ਲੱਗੀ ਹੈ, ਬਸ 2 ਵਾਰਾਂ ਸਿੱਟ ਹੋ ਗਈ ਕੱਖਾਂ ਲਾ ਕੇ। ਹਾਂ, ਹੁਣ ਇਹਦੇ ਦੇਖ ਲਾ ਸਾਰਾ ਬਹੁਤ ਜ਼ਿਆਦਾ, ਜਿੰਨੀ ਇਹਦੀ ਹਾਲਤ ਸਾਂਭ ਕਰੀਏ ਸਾਂਭਦੇ ਸਾਹ ਜਰੀਏ ਨਾ ਬੀਜੀਏ ਵੀ ਇਹ ਕੋਈ ਲਾਗ ਦੀ ਬਿਮਾਰੀ ਨਹੀਂ। ਕੋਈ ਐਵੇਂ ਡਾਕਟਰ ਕਹਿ ਦਿੰਦੇ ਨੇ ਇਹਨੂੰ ਪਰਾਂ ਬੰਦ ਹੋ ਜਾਈਏ ਬੰਦੇ ਨੂੰ ਹੋਜੂ, ਕਿਤੇ ਨਹੀਂ ਨਾ ਲਾਗ ਦੀ ਬਿਮਾਰੀ ਕਰੋਨੋ ਤੀ ਨਾ ਇਹ ਬਿਮਾਰੀ ਆ ਜੀ ਲਾਗ। ਠੀਕ ਹੈ। ਇਹ ਲੋਕਾਂ ਦੀਆਂ ਗੱਲਾਂ ਬਣਾਈਆਂ ਨੇ, ਕਿਸੇ ਨਾਲ ਕੱਖ ਪਾਈ ਜਾਓ, ਇਕੱਠੇ ਰੱਖੋ, ਕੋਈ ਚੱਕਰ ਨਹੀਂ ਹੈ ਗੱਲਾਂ ਦਾ। ਹਾਂ ਕਿਸਾਨ ਵੀਰੋ, ਇਹਨਾਂ ਦੇ ਗਾਂ ਸੀਗੀ ਹੈ ਨਾ, ਇਹਦਾ ਟ੍ਰੀਟਮੈਂਟ ਇੱਕ ਇਹ ਮਾਲ ਦੇ ਪਹਿਲਾਂ ਜਿਹੜਾ ਬੰਦਾ ਡੈਰੀ ਰੱਖਦਾ ਹਰੇਕ, ਚਾਹੇ 100 ਮੈਂ ਹੈ ਚਾਹੇ ਕੁਛ ਹੈ, ਉਹਦੇ ਸਾਲ ਦੇ ਵਿੱਚ 60 ਐਮਐਲ ਉਹ ਲਾਓ ਟੈਰਾਮਾਈਸਿਨ ਇਹਲੇ। ਹਾਂਜੀ। 6 ਮਹੀਨਿਆਂ ਬਾਅਦ ਦੇ ਵਿੱਚ ਇੱਕ ਟੈਰਾਮਾਈਸਿਨ ਇਹਲੇ ਲਾਓ, ਉਹਦੇ 30-30 15-15 ਐਮਐਲ ਕਰਕੇ ਡੰਗਰ ਬਿਮਾਰ ਨਹੀਂ ਹੁੰਦਾ ਅਗਲੇ ਦਾ ਕੋਈ। ਅੱਛਾ ਜੀ। ਹਾਂ, ਨਾ ਬੱਚਾ ਸਿੱਟੇ। ਇਹ ਜਿਹੜੇ ਆਪਾਂ ਆਮ ਨੇ ਲੋਕ ਲਾ ਦਿਓ, ਜਿਹੜੇ ਪ੍ਰੂਟਨ ਲਾਓ ਜੀ ਬੱਚਾ ਸਿੱਟ ਦਿਓ, ਕਿਸੇ ਨਾਲ ਨਹੀਂ ਪ੍ਰੂਟਨ ਨਾ ਸਾੜ ਦਿਓ। ਇਹ ਤਜਰਬਾ ਕਿੰਨੇ ਕੁ ਸਾਲ ਦਾ? ਤਜਰਬਾ ਤਾਂ ਜੀ ਮੈਂ 8 ਸਾਲ ਦਾ, 9 ਸਾਲ ਦਾ ਇਹ ਕੰਮ 'ਚ ਵੜਿਆ ਵਪਾਰ ਵਿੱਚ। ਅੱਛਾ ਜੀ। ਹਾਂ, ਸਾਰੀ ਉਮਰ ਲੋਕਾਂ ਦਾ ਫ੍ਰੀ ਇਲਾਜ ਕਰਨਾ ਆਪਾਂ ਨੇ। ਜੇ ਹੁਣ ਅੱਜ ਘੱਟ ਤੋਂ ਘੱਟ 100 ਗਾਂ ਦਾ ਮੈਂ ਇਲਾਜ ਕਰਤਾ। ਅੱਛਾ। ਸਾਡੇ ਪਿੰਡ ਦੇ ਵਿੱਚ ਵੀ ਬਥੇਰੀਆਂ ਗਾਈਆਂ ਇਲਾਜ ਕਰੇ, ਲਵੇ ਰੋਜ਼ ਦਿਨ ਰਾਤ ਮੇਰੇ ਕੋਲ ਇਹੀ ਇਲਾਜ ਕਰਨਾ, ਵਪਾਰ ਵੀ ਕਰਦਾ। ਠੀਕ ਹੈ। ਆਪਾਂ ਕਿਸੇ ਤੋਂ ਕੁਛ ਨਹੀਂ ਲੈਣਾ, ਮਤਲਬ ਇੰਨੀਆਂ ਮਤਲਬ ਖਰਾਬ ਹੋਈਆਂ ਵੀ ਬਾਹਾਂ ਖਰਾਬ ਜੀ ਜਮਾਂ। ਇੱਕ ਮਿੰਟ, ਸਾਡੇ ਪਿੰਡ ਦੇ ਵਿੱਚ ਗਾਂ ਕਿਸੇ ਗਰੀਬ ਬੰਦੇ ਦੀ ਬਹੁਤ ਚੰਗੀ ਗਾਂ, ਐਡਾ ਐਡਾ ਉਹਦੇ ਬੁਲਬਲੇ ਨੱਕ ਤੇ ਚੜੇ, 5 ਦਿਨ ਹੋ ਗਏ ਤੀ ਬੈਠੀ ਨਹੀਂ। ਮੈਨੂੰ ਉਹ ਮੇਰੇ ਕੋਲ ਆ ਗਿਆ ਵੀ ਕਹਿੰਦਾ ਵੀ ਐਂ ਕਰਕੇ ਗਾਂ ਮੇਰੀ ਜਿਹੜਾ ਮਰਦੀ ਹੈ। ਜਦੋਂ ਮੈਂ ਕਿਹਾ ਜਾਣ ਸਾਰੂ ਗਿਆ, ਦਾਰੂ ਮੰਗਾ ਕੇ ਕਿਸੇ ਹੋਰ ਮੁੰਡੇ ਤੋਂ ਬਾਈ ਆਥਣ ਨੂੰ ਗਾਂ ਸਿੱਟੋ। ਅੱਛਾ। ਹਾਂ, ਆਥਣ ਨੂੰ ਕੱਖ ਕੰਡਾ ਚੱਕਣ ਲੱਗ ਗਈ। ਮੇਰੇ ਕੋਲ ਇੱਕ ਡਾਕਟਰ ਵੀ ਮਿੱਤਰ ਦੋਸਤ ਜੀ, ਉਹ ਕਹਿੰਦਾ ਬੀਟਾਡੀਨ ਨਾ ਲਓ, ਮਰ ਜੂਗੀ, ਅਸੀਂ ਲਾਈ ਉਹਦੀ ਕੋਈ ਨਹੀਂ, ਮੇਰੀ ਕੱਖ ਆਉਣ ਲੱਗ ਗਈ।
ਜੇ ਮਤਲਬ ਕਿਸੇ ਨੇ ਦੁਬਾਰੇ ਕਈ ਵਾਰੀ ਨਹੀਂ ਵੀ ਕਿਸੇ ਨੂੰ ਸਮਝ ਲੱਗਦੀ ਦੁਬਾਰੇ ਫੋਨ ਤੇ ਦੱਸ ਸਕਦੇ ਹਾਂ ਜੀ ਦੱਸ ਸਕਦੇ ਹਾਂ ਜੋ ਲਾ ਜੋ ਕੋਈ ਜਾਦੇ ਤੰਗਾ ਜਿੱਥੋਂ ਮਰਜ਼ੀ ਲੈ ਜਾਓ ਆਪਾਂ ਉਹਦੇ ਨਾਲ ਤਿਆਰ ਆਂਗੇ ਹਾਂ ਜੀ ਨੰਬਰ ਮੜਾ ਜਾਈ ਨੰਬਰ ਆਪਣਾ 76961 ਹਾਂ ਜੀ 173317 76961 173317 ਹਾਂ ਦੋਸਤੋ ਦਰਸ਼ਨ ਸਿੰਘ ਵਪਾਰੀ ਜਵੰਦਾ ਪਿੰਡੀ ਤੇ ਵਪਾਰ ਦਾ ਕੰਮ ਬਹੁਤ ਵਧੀਆ ਜੀ ਤੇ ਬਾਕੀ ਆ ਜਿਹੜਾ ਡਾਕਟਰੀ ਲਾਈਨ ਦੇ ਵਿੱਚ ਆ ਇਹ ਦੋਸਤੋ ਮੈਨੂੰ ਵੀ ਮਤਲਬ ਇਹਨਾਂ ਬਾਰੇ ਕਾਫੀ ਪਤਾ ਹੈਗਾ ਵਪਾਰੀ ਜੀਆਂ ਬਾਰੇ ਕਿਉਂਕਿ ਆਪਣੇ ਪਸ਼ੂ